ਪਹਿਲਾਂ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਅੰਤਰ ਨੂੰ ਸਾਰਿਆਂ ਨੂੰ ਨਹੀਂ ਮਿਲਦਾ, ਔਬਵੀਅਸ ਔਬਵੀਅਸ ਪਤਾ ਕਿ ਸਾਡੀ 26 ਤਰੀਕ ਨੂੰ ਫਿਲਮ ਆ ਰਹੀ ਹੈ ਜੀ ਸਾਹਿਬ ਬਹਾਦਰ, ਅਤੇ ਉਮੀਦ ਕਰਦਾ ਵੀ ਸਾਰੇ ਜਣਾਂ ਨੂੰ ਫਿਲਮ ਜ਼ਰੂਰ ਪਸੰਦ ਆਊਗੀ। ਸਾਡੀ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਸਾਡੇ ਪ੍ਰੋਡਿਊਸਰਸ ਤੋਂ ਲੈ ਕੇ ਸਪੋਰਟ ਬੋਏ ਤੋਂ ਲੈ ਕੇ ਪ੍ਰੋਡਿਊਸਰਸ ਤੱਕ ਬਹੁਤ ਜ਼ਿਆਦਾ ਮਿਹਨਤ ਹੋਈ ਹੈ ਸਾਡੀ ਟੀਮ ਨੂੰ। ਸੋ ਕਾਫੀ ਲਾਈਕ ਸਮੇਂ 'ਚ ਅਸੀਂ ਸ਼ੂਟ ਕੀਤੀ ਹੈ ਫਿਲਮ, ਅਕਤੂਬਰ ਨਵੰਬਰ ਦੇ ਵਿੱਚ ਅਸੀਂ ਸ਼ੂਟ ਕੀਤੀ ਸੀ, ਫਿਰ ਉਸ ਤੋਂ ਬਾਅਦ ਵਧੀਆ ਟਾਈਮ ਲਈ ਪੋਸਟ ਪ੍ਰੋਡਕਸ਼ਨ ਅਤੇ ਬੈਕਗਰਾਊਂਡ ਸਕੋਰ ਸਾਰੇ 'ਤੇ ਬਹੁਤ ਜ਼ਿਆਦਾ ਮਿਹਨਤ ਲੱਗੀ ਹੈ ਜੀ। ਸਾਰੀ ਟੀਮ ਨੇ ਜਸ ਕਰੇਵਾਲ ਉਹਨਾਂ ਨੇ, ਜਲਿਆਣ ਭਾਜੀ ਉਹਨਾਂ ਨੇ, ਅਮਰਿਤ ਰਾਜ ਚੱਡਾ ਸਾਹਿਬ, ਵਾਈਟਲ ਪ੍ਰੋਡਕਸ਼ਨ, ਜੀ ਸਟੂਡੀਓ, ਬਾਕੀ ਸਾਡੀ ਜਿੰਨੇ ਵੀ ਸਟਾਫ ਜਾਂ ਸਾਹਿਬ ਹੁੰਦੀ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਅਤੇ 26 ਤਰੀਕ ਨੂੰ ਫਿਲਮ ਆਉਣੀ ਹੈ ਜੀ, ਅਲੱਗ ਤਰੀਕੇ ਦੀ ਫਿਲਮ, ਇੱਦਾਂ ਦੀ ਕੋਈ ਫਿਲਮ ਪਹਿਲਾਂ ਪੰਜਾਬੀ ਇੰਡਸਟਰੀ ਵਿੱਚ ਨਹੀਂ ਆਈ, ਨਵੇਂ ਵੱਖਰੇ ਤਰੀਕੇ ਦੀ ਫਿਲਮ ਆ, ਇੱਕ ਬੜੇ ਮਿਸਟਰੀ ਥ੍ਰਿਲਰ ਸਸਪੈਂਸ ਫਿਲਮ ਦੇ ਵਿੱਚ ਹੈਗਾ, ਉਹ ਜਦੋਂ ਤੁਸੀਂ ਜਾ ਕੇ ਤੁਹਾਨੂੰ ਦੇਖੋਗੇ ਤਾਂ ਤੁਹਾਨੂੰ ਬਹੁਤ ਪਸੰਦ ਆਏਗਾ। ਇਹਨਾਂ ਸਾਹਮਣੇ ਇੰਨੀ ਗੱਲ ਜ਼ਰੂਰ ਕਹਿਣਾ ਵੀ ਮੈਂ ਮੰਨਦਾ ਕਿ ਥਾਣੇ ਵਿੱਚ ਥਾਣੇਦਾਰ ਦਾ ਰੁਤਬਾ, ਸਾਹਿਬ ਬਹਾਦਰ ਦਾ ਰੁਤਬਾ ਸਭ ਤੋਂ ਤਾਂ ਹੁੰਦਾ, ਪਰ ਇਹ ਨਾ ਭੁੱਲੋ ਕਿ ਮੁਨਸ਼ੀ ਵੀ ਥਾਣੇ ਦੀ ਮਾਂ ਹੁੰਦਾ। ਸੋ ਭਾਈ ਇਹ ਥਾਣੇ ਦੀ ਮਾਂ ਦਾ ਰੋਲ ਮੇਰੇ ਕੋਲ ਆ, ਜਿੰਨੇ ਮਸਲੇ ਆਉਂਦੇ ਨੇ ਉਹ ਮਸਲੇ ਸਾਡੀ ਤਿੰਨਾਂ ਦੀ ਜਿਹੜੀ ਟਿਕੜੀ ਆ ਉਹ ਸੋਲਵ ਕਰਦੀ ਆ, ਔਰ ਮੈਂ ਇਹਨਾਂ ਦਾ ਕੰਫੀਡੈਂਸ਼ੀਅਲ ਬੰਦਾ। ਕਈ ਵਾਰੀ ਰਾਣੇ ਨੂੰ ਇਗਨੋਰ ਕਰਕੇ ਮੈਨੂੰ ਇਕੱਲੇ ਨੂੰ ਕਮਰੇ 'ਚ ਵੜ ਕੇ ਪੁੱਛਦੇ ਨੇ ਵੀ ਰਾਤਾ ਰਾਮ ਜੀ ਇਹਦਾ ਕੀ ਕਰਨਾ, ਸੋ ਰਾਣਾ ਇਸ ਗੱਲ 'ਤੇ ਖਿੱਚ ਜਾਂਦਾ ਅਤੇ ਬਾਰ ਬਾਰ ਆ ਕੇ ਮੈਨੂੰ ਬੋਲਦਾ ਯਾਰ ਮੈਨੂੰ ਇਹ ਸਾਰੀਆਂ ਰਮੀਨ ਲਿਆਈ ਵੀ ਸਾਹਿਬ ਬਹਾਦਰ ਨੇ ਕਮਰੇ 'ਚ ਲਿਜਾ ਕੇ ਤੁਹਾਡੇ ਨਾਲ ਕੀ ਗੱਲ ਕੀਤੀ ਸੀ। ਸੋ ਸਾਡੀ ਆਪਸ ਵਿੱਚ ਖਿੱਚੋਤਾਨ ਰਹਿੰਦੀ ਆ। ਸਾਹਿਬ ਬਹਾਦਰ ਦਾ ਜਿਹੜਾ ਰੋਲ ਬਹੁਤ ਕੰਟੈਂਟਮੈਂਟ, ਸੀਰੀਅਸ, ਵਿੱਚ ਵਿੱਚ ਮਿੱਠੀਆਂ ਮਿੱਠੀਆਂ ਛਵੀਆਂ ਛੱਡਣ ਵਾਲਾ, ਔਰ ਸਾਨੂੰ ਘੂਰਨ ਵਾਲਾ, ਅੱਛੇ ਗੀਤ, ਅੱਛਾ ਰੋਮੈਂਸ, ਸਾਰਾ ਕੁਛ ਦੇਖਣ ਨੂੰ ਇਹਦੇ ਵਿੱਚ ਤੁਹਾਨੂੰ ਮਿਲੇਗਾ, ਔਰ ਬਹੁਤ ਜਲਦ ਜਾਣੀ ਕਿ 26 ਤਰੀਕ ਨੂੰ ਇਹ ਫਿਲਮ। ਤੁਸੀਂ ਆਪਣੇ ਕੀਮਤੀ ਸਮੇਂ 'ਚ ਟਾਈਮ ਕੱਢ ਕੇ ਇੱਥੇ ਪਹੁੰਚਿਓ, ਸੋ ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਜੀ। ਅਤੇ ਫਿਲਮ ਜਿੱਦਾਂ ਤੁਹਾਨੂੰ ਭੱਲਾ ਸਾਹਿਬ ਨੇ ਵੀ ਦੱਸਿਆ, ਸਾਨੀ ਭਾਜੀ ਨੇ ਵੀ ਦੱਸਿਆ, ਅਤੇ ਫਿਲਮ ਸਾਡੀ 26 ਤਰੀਕ ਨੂੰ ਆ ਰਹੀ ਹੈ ਜੀ ਸਾਹਿਬ ਬਹਾਦਰ। ਉਮੀਦ ਕਰਦੇ ਹਾਂ ਜੀ, ਜਿੱਦਾਂ ਤੁਸੀਂ ਪਹਿਲੀਆਂ ਸਾਡੀਆਂ ਸਾਰੀਆਂ ਫਿਲਮਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਉਮੀਦ ਕਰਦੇ ਹਾਂ ਵੀ ਤੁਸੀਂ ਸਾਹਿਬ ਬਹਾਦਰ ਬਾਰੇ ਜਾ ਕੇ ਵੇਖੋਗੇ, ਅਤੇ ਜੋ ਉਹਦੇ ਜਨਰਲ ਰਿਵਿਊਜ਼ ਬਣਦੇ ਨੇ ਤੁਸੀਂ ਉਹ ਵੀ ਲਿਖੋਗੇ, ਅਤੇ ਫਿਲਮ ਲਈ ਵੀ ਪਹਿਲਾਂ ਵੀ ਲਿਖੋਗੇ। ਸੋ ਫਿਲਮ ਇੱਕ ਮਰਡਰ ਮਿਸਟਰੀ ਹੈ ਜੀ, ਅਤੇ ਇਹਨਾਂ ਦੀ ਕੋਈ ਫਿਲਮ ਪੰਜਾਬੀ ਫਿਲਮ ਇੰਡਸਟਰੀ 'ਚ ਅੱਜ ਤੱਕ ਕੋਈ ਆਈ ਨਹੀਂ, ਫਸਟ ਟਾਈਮ ਅਸੀਂ ਟਰਾਈ ਕੀਤਾ ਕੁਛ ਨਾ ਕੁਛ ਡਿਫਰੈਂਟ ਕਰਨ ਦਾ, ਅਤੇ ਬਾਕੀ ਫਿਲਮ ਬਹੁਤ ਹੀ ਛੋਟੀ ਫਿਲਮ ਹੈ, ਕੀ ਦੱਸਣਾ ਨੀ ਚਿੱਟਾ ਕੁੱਕੜ ਬਣੇ ਰਹਿਤੇ। ਮਿਹਰਬਾਨੀ, ਅਤੇ ਇਹ ਇੱਕ ਦੋ ਚੀਜ਼ਾਂ ਗਾਣੇ ਵੀ ਫਿਲਮ ਦੇ ਦੋ ਤਿੰਨ ਗਾਣੇ ਆਏ ਆ, ਤੁਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਬਿਕੋਜ਼ ਫਿਲਮ ਦੇ ਵਿੱਚ ਜ਼ਿਆਦਾ ਗਾਣੇ ਦਾ ਸਕੋਪ ਹੈ ਨਹੀਂ ਸੀ, ਸੋ ਦੈਟਸ ਅਸੀਂ ਫਿਲਮ ਦੇ ਵਿੱਚ ਜ਼ਿਆਦਾ ਗਾਣੇ ਪਾਏ ਨਹੀਂ ਹੈਗੇ, ਕਿਉਂਕਿ ਉੱਪਰ ਗਾਣੇ ਡਿਸਟਰਬ ਕਰਦੇ ਆ, ਇੱਕ ਫਿਲਮ ਦੇ ਵਿੱਚ ਇੱਕ ਵਧੀਆ ਲਾਈਕ ਇਨਵੈਸਟੀਗੇਸ਼ਨ ਵਾਲਾ ਟਰੈਕ ਚੱਲਦਾ ਹੁੰਦਾ। ਸੋ ਇਸ ਮੁੱਦੇ ਦੇ ਆਧਾਰਿਤ ਫਿਲਮ ਪਿੰਡ ਦੇ ਵਿੱਚ ਇੱਕ ਦੋ ਵਾਰਦਾਤਾਂ ਜਿਹੜੀਆਂ ਵਿਖਾਈਆਂ ਗਈਆਂ ਨੇ, ਅਤੇ ਬਾਕੀ ਜਿੱਦਾਂ ਸਨੀ ਭਾਅ ਜੀ ਨੇ ਦੱਸਿਆ ਵੀ ਇਹ ਫਿਲਮ ਜ਼ਿਆਦਾ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਐਂ ਨਹੀਂ ਵੀ ਬੱਚੇ ਨਹੀਂ ਦੇਖ ਸਕਦੇ, ਜਾ ਕੇ ਈਜ਼ੀਲੀ ਬੱਚੇ ਦੇਖ ਸਕਦੇ ਨੇ, ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਫਿਲਮ ਹੈ, ਬਹੁਤ ਵਧੀਆ ਇੱਕ ਫਿਲਮ ਬਣੀ ਹੈ, ਕੋਈ ਕਤਲ ਗਾਰਦਾਨ ਕੁਛ ਵੀ ਹੈ ਨਹੀਂ ਗਾ ਫਿਲਮ ਦੇ ਵਿੱਚ, ਇੱਕ ਐਂਟਰਟੇਨਮੈਂਟ, ਅਤੇ ਲਾਈਕ ਭੱਲਾ ਸਾਹਿਬ ਨੇ, ਰਾਣਾ ਭਾਅ ਜੀ ਨੇ ਤੁਹਾਨੂੰ ਵਧੀਆ ਤਰੀਕੇ ਨਾਲ ਹਸਾਉਣਾ ਵੀ ਆ। ਸੋ ਹੋਰ ਵੀ ਆਰਟਿਸਟ ਹੈ ਜਿਹੜੇ ਲਾਈਕ ਫਿਲਮ ਦੇ ਵਿੱਚ ਥੀਏਟਰ ਆਰਟਿਸਟ ਨੇ, ਉਹਨਾਂ ਦਾ ਵੀ ਬਹੁਤ ਵਧੀਆ ਕੰਮ ਹੈ, ਜੇ ਇੱਕ ਵਾਰ ਤੁਸੀਂ ਫਿਲਮ ਜ਼ਰੂਰ ਦੇਖਣ ਜਾ ਕੇ। ਥੈਂਕ ਯੂ ਸੋ ਮਚ। ਉਹਦੇ ਵਿੱਚ ਮੈਂ ਲੀਡ ਦੇ ਨਹੀਂ ਸੀ ਹੈਗਾ, ਦੂਜੀ ਫਿਲਮ ਆਈ ਸੀ ਮੇਰੀ ਅਰਦਾਸ, ਉਹਦੇ ਵਿੱਚ ਵੀ ਮੈਂ ਲੀਡ ਦੇ ਨਹੀਂ ਸੀ ਹੈਗਾ, ਤੀਜੀ ਫਿਲਮ ਆਈ ਸੀਗੀ ਮੇਰੀ ਬੱਬੂ ਕਾਟ, ਉਹਦੇ ਚ ਨਾਲ ਮੇਰੇ ਗੁਰੂ ਭਾਅ ਜੀ ਸੀਗੇ ਸਪੋਰਟਿੰਗ ਐਕਟਰ, ਚੌਥੀ ਫਿਲਮ ਆਈ ਸੀ ਮੇਰੀ ਨਿੱਕਾ ਜਾਂਦਾ, ਉਹ ਮੇਰੇ ਕੋਲ ਦੀ ਫਿਲਮ ਸੀ, ਅਤੇ ਤਿੰਨ ਚਾਰ ਫਿਲਮਾਂ ਲੱਗੀਆਂ ਜੀ ਤੁਹਾਡਾ ਕੋਨੇ ਆਉਂਦੇ, ਅਤੇ ਬਾਕੀ ਮੇਰਾ ਖਿਆਲ ਹੈ ਜੀ ਕਿ ਮੇਰੇ ਖਿਆਲ ਜੀ ਮੈਂ ਸਾਰੇ ਉਮਰ ਵੀ ਕਰਦਾ ਰਿਹਾ, ਅਤੇ ਜਿੰਨੇ ਵੀ ਜਿਹੜੇ ਵੀ ਕਰੈਕਟਰ ਦੀ ਮੰਗ ਹੈ ਅਤੇ ਜਿਹੜੇ ਕਰੈਕਟਰ ਦੀ ਲੋੜ ਹੈ ਫਿਲਮ ਦੇ ਵਿੱਚ ਉਹ ਆਊਗਾ, ਐਂ ਨਹੀਂ ਕਿ ਮੈਂ ਇਕੱਲਾ ਹੀ ਰੋਲ, ਮੈਂ ਇਕੱਲਾ ਸਿਲੈਕਟਰੀ ਹੋਊਗਾ, ਕਿ ਮੈਂ ਆਪਣੇ ਸਿਰ 'ਤੇ ਕਹਿੰਦਾ ਵੀ ਮੈਂ ਫਿਲਮ ਲੈ ਲੂੰਗਾ। ਹਾਂ, ਮੈਂ ਆਪਣਾ ਕੰਮ 100% ਦਊਂਗਾ ਜੀ, ਅਤੇ ਬਾਕੀ ਸਾਰੀ ਟੀਮ ਦਾ ਐਫਰਟ ਹੁੰਦਾ ਜੀ ਫਿਲਮ ਦੇ ਵਿੱਚ, ਅਤੇ ਬਾਕੀ ਮੈਂ ਪਹਿਲਾਂ ਗਾਉਂਦਾ ਸੀਗਾ, ਅਤੇ ਗਾਉਣ ਦੇ ਨਾਲ ਨਾਲ ਫਿਲਮਾਂ ਲਈ ਭਾਈ ਵਿਆਹ ਤਾਂ ਨੀ ਕਰਾ ਲਿਆ, ਪਤਲਾ ਬਾਹਲਾ ਹੋ ਗਿਆ, ਵਿਆਹ ਤੋਂ ਬਾਅਦ ਲੋਕੀ ਮੋਟੇ ਹੋ ਗਏ, ਜਿਉਂਦਾ ਰਹਿ ਮੇਰਾ ਵੀਰ।